ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ ਸ਼ਾਇਦ ਉਸ ਉੱਪਰ ਤੁਹਾਨੂੰ ਯਕੀ ਨਾ ਹੋਵੇ ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਕੀ ਆਪਣਾ ਪਰਿਵਾਰ ਹੁਣ 7 ਲੱਖ ਪਾਰ ਕਰ ਗਿਆ ਹੈ ਉਸ ਲਈ ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਹੁਣ ਤੁਹਾਡੇ ਨਾਲ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ ਜਦੋਂ ਕਿਸੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਸਾਰਾ ਪਰਿਵਾਰ ਹੀ ਸੋਗ ਦੇ ਵਿੱਚ ਚਲਿਆ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਕਿਸੇ ਵਿਅਕਤੀ ਦੇ ਨਾਲ ਕਿਸੇ ਹੋਰ ਸਟੇਟ ਜਾਂ ਫਿਰ ਦੇਸ਼ ਦੇ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਵੇ ਤਾਂ ਸਾਰੀ ਕੌਮ ਨੂੰ ਉਸ ਦਾ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਅੱਜ ਦੀ ਘਟਨਾ ਹੈ ਜਿਸ ਨੂੰ ਸੁਣ ਕੇ ਹਰ ਪੰਜਾਬੀ ਦਾ ਦਿਲ ਬਲਉਂਦਰਿਆ ਜਾਵੇਗਾ ਜੋ ਇੱਕ ਪੰਜਾਬੀ ਲੜਕੇ ਦੇ ਨਾਲ ਸੰਬੰਧਿਤ ਹੈ। ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਉਹ ਕੁੜੀ ਗਈ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਨਾਲ ਅਜਹੀਆਂ ਘਟਨਾਵਾਂ ਵੀ ਵਾਪਰ ਜਾਣਗੀਆਂ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਜਾਵੇਗੀ ਪਰ ਪਰਮਾਤਮਾ ਵਾਹਿਗੁਰੂ ਇਸ ਲੜਕੀ ਦੀ ਉਸ ਤਰ੍ਹਾਂ ਇੱਜ਼ਤ ਦੀ ਰਾਖੀ ਕੀਤੀ ਜਿਸ ਤਰ੍ਹਾਂ ਕ੍ਰਿਸ਼ਨ ਨੇ ਦ੍ਰੋਪਤੀ ਦੀ ਰੱਖਿਆ ਕੀਤੀ ਸੀ ਗੱਲ ਹੈ 2016 ਦੀ ਜਦੋਂ ਅਮਨਦੀਪ ਕੋਰ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਦੀ ਵਸਨੀਕ ਆਪਣੀ ਬੀਏ ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਦੇ ਲਈ ਸਟੱਡੀ ਵੀਜ਼ਾ ਲਗਵਾਇਆ ਅਮਨਦੀਪ ਕੌਰ ਜੋ ਕਿ ਸਿੱਖ ਪਰਿਵਾਰ ਅਮਰਧਾਰੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਬਚਪਨ ਤੋਂ ਹੀ ਉਸ ਦੀ ਗੁਰੂ ਦੇ ਪ੍ਰਤੀ ਬਹੁਤ ਲਗਨ ਅਤੇ ਪਿਆਰ ਸੀ ਰੋਜ਼ ਪਾਠ ਸਿਮਰਨ ਕਰਨਾ ਅਤੇ ਗੁਰਦੁਆਰੇ ਸਹਿਬ ਜਾ ਕੇ ਕਿੰਨੇ-ਕਿੰਨੇ ਸਮਾਂ ਸੇਵਾ ਕਰਨੀ ਅਤੇ ਗੁਰਦੁਆਰੇ ਸਾਹਿਬ ਵਿੱਚ ਵੀ ਪਾਣੀ ਦੀ ਸੇਵਾ ਕਰਨੀ ਇਹ ਰੋਜ਼ ਦਾ ਨਿਯਮ ਉਹਨਾਂ ਦਾ ਬਣ ਗਿਆ ਸੀ ਬਚਪਨ ਤੋਂ ਜਵਾਨੀ ਤੱਕ ਦਾ ਜੀਵਨ ਪੜ੍ਹਾਈ ਅਤੇ ਗੁਰੂ ਚਰਨਾਂ ਦੀ ਸੇਵਾ ਦੇ ਵਿੱਚ ਹੀ ਬੀਤ ਗਿਆ ਮਨ ਵਿੱਚ ਸੰਕਲਪ ਸੀ ਕਿ ਅਮਰੀਕਾ ਦੇ ਵਿੱਚ ਜਾ ਕੇ ਸਟੱਡੀ ਕੀਤੀ ਜਾਵੇ ਬੀਏ ਤੋਂ ਬਾਅਦ ਅਮਨਦੀਪ ਕੌਰ ਜੀ ਨੇ ਆਈ ਲੈਟਸ ਕੀਤੀ ਅਤੇ ਐਮਬੀਏ ਕਰਨ ਲਈ ਅਮਰੀਕਾ ਦੀ ਫਾਈਲ ਲਗਾ ਦਿੱਤੀ ਜੰਗੇ ਨੰਬਰ ਹੋਣ ਕਰਕੇ ਸਕਾਲਰਸ਼ਿਪ ਦੇ ਨਾਲ-ਨਾਲ ਕੋਲਸ ਦੇ ਵਿੱਚ ਐਡਮਿਸ਼ਨ ਵੀ ਮਿਲ ਗਈ ਅਮਨਦੀਪ ਕੌਰ ਨੇ ਦੱਸਿਆ ਕਿ ਮੈਨੂੰ ਹਮੇਸ਼ਾ ਹੀ ਐਵੇਂ ਸਿਰ ਹੁੰਦਾ ਸੀ ਜਿਵੇਂ ਕੋਈ ਮੇਰੇ ਨਾਲ ਮੇਰੇ ਅੱਗੇ ਪਿੱਛੇ ਚੱਲ ਰਿਹਾ ਹੋਵੇ ਪਰ ਮੈਂ ਆਪਣੇ ਮਨ ਦਾ ਭੁਲੇਖਾ ਜਿਹਾ ਸਮਝ ਕੇ ਇਹ ਗੱਲ ਨੂੰ ਹਮੇਸ਼ਾ ਹੀ ਇਗਨੋਰ ਕਰਦੀ ਰਹੀ ਹਰ ਜਗ੍ਹਾ ਤੇ ਮੇਰੇ ਕੰਮ ਦੇ ਵਿੱਚ ਪਰਮਾਤਮਾ ਅੱਗੇ ਹੋ ਕੇ ਸਹਾਈ ਹੁੰਦਾ ਰਿਹਾ ਅਮਨਦੀਪ ਕੌਰ ਨੇ ਦੱਸਿਆ ਕਿ 2015 ਦੇ ਵਿੱਚ ਜਦੋਂ ਮੈਂ ਕੈਨੇਡਾ ਦੇ ਵਿੱਚ ਫਾਈਲ ਲਗਾ ਕੇ ਸਟੱਡੀ ਵੀਜ਼ੇ ਤੇ ਆਈ ਤਾਂ 1 ਮਹੀਨਾ ਤਾਂ ਸਟੱਡੀ ਸ਼ੁਰੂ ਹੋਣ ਚ ਹੀ ਲੱਗ ਗਿਆ 1 ਸਾਲ ਦਾ ਸਮਾਂ ਕੁਝ ਇੰਜ ਹੀ ਬੀਤ ਗਿਆ ਕਿ ਪਤਾ ਹੀ ਨਹੀਂ ਚਲਿਆ ਕਿ 1 ਸਾਲ ਕਿਵੇਂ ਬੀਤ ਗਿਆ ਪਰ ਜਿੱਥੇ ਮੈਂ ਸਟੱਡੀ ਕਰਦੀ ਸੀ ਉਥੇ ਇੱਕ ਨੇਗਰੋ ਸਟੂਡੈਂਟ ਸੀ ਜੋ ਕਿ ਹੋਰ ਡਿਪਾਰਟਮੈਂਟ ਵਿੱਚ ਉਸੇ ਹੀ ਕੋਲਸ ਦੇ ਵਿੱਚ ਸੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨਿਗਰੋ ਨੇ ਅਮਨਦੀਪ ਕੌਰ ਦੇ ਉੱਪਰ ਕਾਫੀ ਸਮੇਂ ਤੋਂ ਨਿਗਰਾਨੀ ਰੱਖੀ ਹੋਈ ਸੀ ਜੋ ਕਿ ਪਹਿਲਾਂ ਮੈਨੂੰ ਇਸ ਗੱਲ ਦਾ ਖਿਆਲ ਵੀ ਨਹੀਂ ਸੀ ਪਰ ਮੈਨੂੰ ਕਾਫੀ ਸਮੇਂ ਬਾਅਦ ਇਸ ਗੱਲ ਦੀ ਭਣਕ ਲੱਗੀ ਅਮਨਦੀਪ ਕੌਰ ਨੇ ਦੱਸਿਆ ਕਿ ਇੱਕ ਦਿਨ ਉਸ ਨਿਗਰੋਂ ਨੇ ਕਾਲਜ ਦੇ ਵਿੱਚ ਮੈਨੂੰ ਰੋਕ ਕੇ ਕਮਿਟਮੈਂਟ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਆ ਪਰ ਮੈਂ ਸੋਚਿਆ ਕਿ ਦੇਸ਼ ਵੀ ਬੇਗਾਨਾ ਹੈ ਇਸ ਲਈ ਮੈਂ ਆਪਣੇ ਉੱਤੇ ਕੰਟਰੋਲ ਰੱਖ ਕੇ ਬੜੇ ਹੀ ਪਿਆਰ ਦੇ ਨਾਲ ਉਸ ਨੂੰ ਸਮਝਾਇਆ ਕਿ ਮੈਂ ਜਿਸ قوم ਦੇ ਨਾਲ ਸੰਬੰਧ ਰੱਖਦੀ ਹਾਂ ਉੱਥੇ ਇਹ ਸਭ ਅਲਾਉ ਨਹੀਂ ਹੈ ਤੇ ਉਸ ਨਿਗਰੋ ਤੋਂ ਪਿੱਛਾ ਛਡਵਾਇਆ ਮੈਂ ਸੋਚਿਆ ਕਿ ਇਹ ਸਮਝ ਜਾਵੇਗਾ ਉਹ ਪਿੱਛਾ ਛੱਡ ਦਵੇਗਾ ਪਰ ਨਹੀਂ ਉਸ ਨਿਗਰੋ ਨੇ ਉਸ ਮਹੀਨੇ ਦੇ ਵਿੱਚ ਮੈਨੂੰ ਚਾਰ ਵਾਰੀ ਰੋਕਿਆ ਤੇ ਤਿੰਨ ਚਾਰ ਵਾਰ ਹੀ ਕਿਸੇ ਤਰ੍ਹਾਂ ਸਮਝਾ-부ਝਾ ਕੇ ਉਸ ਤੋਂ ਆਪਣਾ ਪਿੱਛਾ ਛਡਵਾਉਂਦੀ ਰਹੀ ਪਰ ਇੱਕ ਦਿਨ ਉਹ ਨਿਗਰੋ ਕਾਲਡ ਦੇ ਵਿੱਚ ਮੈਨੂੰ ਰੋਕ ਕੇ ਮੇਰੀ ਬਾਹ ਫੜ ਲਈ ਗੱਲ ਹੱਦ ਤੋਂ ਪਾਰ ਹੋ ਚੁੱਕੀ ਸੀ ਤੇ ਮੈਂ ਇਹ ਸਭ ਅਮਰੀਕਨ ਕੁੜੀਆਂ ਲਈ ਨੋਰਮਲ ਸੀ ਪਰ ਇੱਕ ਪੰਜਾਬੀ ਕੁੜੀ ਲਈ ਬਿਲਕੁਲ ਵੀ ਨਹੀਂ ਤੇ ਦੂਜਾ ਮੈਂ ਗਰਮ ਖਿਆਲਾਂ ਵਾਲੀ ਪੰਜਾਬੀ ਕੁੜੀ ਸੀ ਜਦੋਂ ਉਸਨੇ ਮੇਰੀ ਬਾਹ ਫੜੀ ਤੇ ਮੈਨੂੰ ਰੋਕਿਆ ਮੇਰੇ ਤੋਂ ਬਰਦਾਸ਼ਤ ਨਾ ਹੋ ਸਕਿਆ ਤੇ ਮੈਂ ਉਸਦੇ ਥੱਪੜ ਝੜ ਦਿੱਤਾ ਕਾਲਜ ਦੇ ਵਿੱਚ ਹੋਣ ਕਰਕੇ ਉਹ ਥਾਪੜ ਖਾ ਕੇ ਕੁਝ ਨਾ ਬੋਲਿਆ ਮੈਂ ਸੋਚਿਆ ਕਿ ਸ਼ਾਇਦ ਹੁਣ ਇਹ ਗੱਲ ਸਮਝ ਜਾਵੇਗਾ ਪਰ ਮੈਨੂੰ ਕੀ ਪਤਾ ਸੀ ਮੇਰੇ ਨਾਲ ਇੰਨਾ ਵੱਡਾ ਹਾਸਾ ਦੂਸਰੇ ਦੇਸ਼ ਦੇ ਵਿੱਚ ਹੋ ਜਾਵੇਗਾ ਇਸ ਗੱਲ ਨੂੰ 10 ਦਿਨ ਬੀਤੇ ਤੇ ਜਦੋਂ ਮੈਂ ਸ਼ਨੀਵਾਰ ਵਾਲੇ ਦਿਨ ਕਾਲਜ ਆਈ ਤੇ ਮੈਂ ਕਾਲ ਤੋਂ ਕਰ ਵਾਪਿਸ ਜਾ ਰਹੀ ਸੀ ਤਾਂ ਉਹ ਨਿਗਰੂ ਕੋਈ 5 6 ਹੋਰ ਨਿਗਰੋ ਵਿਅਕਤੀ ਲਿਆ ਕੇ ਮੇਰੇ ਵੱਲ ਵਧੇ ਅਤੇ ਮੈਨੂੰ ਰਾਤ ਦੇ ਵਿੱਚ ਹੀ ਘੇਰ ਲਿਆ। ਉਹ ਨਿਗਰ ਮੇਰੇ ਆਲੇ-ਦੁਆਲੇ ਘੇਰਾ ਬਣਾ ਕੇ ਖੜੇ ਹੋ ਗਏ। ਮੈਂ ਬਹੁਤ ਘਬਰਾ ਗਈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਮੈਂ ਕੀ ਕਰਾਂ। ਮੇਰੇ ਅੰਦਰ ਪਹਿਲੀ ਪੌੜੀ ਦਾ ਪਾਠ ਬੜੀ ਹੀ ਤੇਜ਼ੀ ਦੇ ਨਾਲ ਚੱਲਣ ਲੱਗਿਆ। ਮੇਰੇ ਮਨ ਦੇ ਵਿੱਚ ਅਰਦਾਸ ਨਿਕਲੀ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਹੋਣਾ, ਆਪਣੀ ਬੱਚੀ ਨੂੰ ਆ ਕੇ ਬਚਾਓ ਇਸ ਖਤਰੇ ਦੇ ਵਿੱਚੋਂ ਮੈਨੂੰ। ਆਕੇ ਕੱਢੋ ਫਿਰ ਅਮਨਦੀਪ ਕੋਰ ਨੇ ਦੱਸਿਆ ਕਿ ਨਿਗਰੋ ਮੈਨੂੰ ਸ਼ਾਇਦ ਇੱਕ ਬੈਂ ਦੇ ਵਿੱਚ ਕੰਡਨੈਪ ਕਰਕੇ ਲੈ ਆਏ ਤੇ ਉਹਨਾਂ ਨੇ ਮੈਨੂੰ ਉਸ ਬੈਂ ਦੇ ਵਿੱਚ ਹੀ ਲੈ ਜਾਣ ਦੀ ਕੋਸ਼ਿਸ਼ ਕੀਤੀ ਇੱਕ ਨਿਗਰੋ ਨੇ ਮੈਨੂੰ ਬਾਹ ਤੋਂ ਫੜਿਆ ਤੇ ਬੈਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਕਿੱਥੋਂ ਐਨੀ ਜ਼ੋਰ ਦੀ ਉਸ ਨਿਗਰੋ ਨੂੰ ਧੱਕਾ ਵੱਜਿਆ ਅਤੇ ਉਹ ਨਿਗਰੋ ਦੂਰ ਜਾ ਕੇ ਡਿੱਗ ਗਿਆ ਫਿਰ ਕੋਈ ਸ਼ਕਤੀ ਦਾ ਬੁਲਾ ਆ ਕੇ ਅਜੀਹਾ ਪਾਣਾ ਵਰਤਿਆ ਤੇ ਕੱਲਾ-ਕੱਲਾ ਨਿਗਰੋ ਜਿਨ੍ਹਾਂ ਨੇ ਮੈਨੂੰ ਘੇਰਾ ਪਾਇਆ ਹੋਇਆ ਸੀ ਹਵਾ ਦੇ ਵਿੱਚ ਜਾ ਕੇ ਦੂਰ-ਦੂਰ ਗਿਰਨ ਲੱਗੇ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਨਾ ਹੀ ਕੁਝ ਦਿਖਾਈ ਦੇ ਰਿਹਾ ਸੀ ਕਿ ਇਹ ਪਾਣਾ ਕੀ ਵਰਤ ਰਿਹਾ ਹੈ ਪਰ ਮੈਂ ਇੱਕ ਨਿਗਰੋ ਨੂੰ ਇਹ ਕਹਿੰਦੇ ਜਰੂਰ ਸੁਣਿਆ სპੋਰਟਿੰਗ ਮੈਨ ਡੋਟ ਕਿਲ ਮੀ ਉਸ ਸਮੇਂ ਮੈਨੂੰ ਸਮਝ ਆ ਗਿਆ ਕਿ ਸਪੋਰਟਿੰਗ ਮੈਨ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਹਨ ਜੋ ਮੈਨੂੰ ਦਿਖਾਈ ਨਹੀਂ ਦੇ ਰਹੇ ਅੱਜ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬਗਾਨੇ ਦੇਸ਼ ਦੇ ਵਿੱਚ ਮੇਰੀ ਇੱਜ਼ਤ ਮੇਰੀ ਜਾਨ ਬਚਾਈ ਉਸ ਦਿਨ ਮੈਨੂੰ ਸਮਝ ਆਇਆ ਕਿ ਹਮੇਸ਼ਾ ਜੋ ਲੱਗਦਾ ਸੀ ਕਿ ਮੇਰੇ ਨਾਲ ਕੋਈ ਚੱਲ ਰਿਹਾ ਹੈ ਉਹ ਹੋਰ ਕੋਈ ਨਹੀਂ ਮੇਰਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਨ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ